ਅੱਛਾ ਹਮਜ਼ਾ ਬਈ, ਮੈਂ ਵੈਸੇ ਇੱਕ ਹਿਸਾਬ ਜਿਹਾ ਲਾਇਆ, ਇੱਥੇ ਆ ਕੇ ਬੜੀ ਜ਼ਿਆਦਾ ਗਰਮੀ ਸਾਡੇ ਅੰਮ੍ਰਿਤਸਰ 'ਚ ਇੱਦੀ ਨਹੀਂ ਹੈਗੀ, ਹੈਗੀ ਉੱਥੇ ਵੀ ਮਤਲਬ ਕਿ, ਪਰ ਇਹ ਨਹੀਂ ਵੀ ਬਹੁਤ ਜ਼ਿਆਦਾ ਆ, ਇੱਥੇ ਨਾਲੋਂ ਘੱਟ ਆ, ਇੱਥੇ ਬੜੀ ਜ਼ਿਆਦਾ ਹੈਗੀ ਆ ਸਾਡੀ, ਇੱਥੇ ਹਿਸਾਬ 'ਚ ਲੱਗ ਰਿਹਾ ਹੈਗਾ। ਅੱਛਾ ਹੁਣ ਤੁਹਾਡੇ ਕੋਲੋਂ ਪੁੱਛਣਾ ਆਪਾਂ ਇਹ ਹੈਗਾ ਵਾ ਵੀ ਵੀਰੇ ਉਹ ਉੱਧਰਲਾ ਪਾਸਾ ਜਿਹੜਾ ਵਾ ਹੁਣ ਆਪਾਂ ਜਿੱਦਣ ਜਾ ਰਹੇ ਉਹ ਕਿਆ ਚੀਜ਼ ਆ, ਵੀ ਉਹਦੇ ਬਾਰੇ ਕੋਈ ਹਾਵਨਾ ਹੈਗਾ ਜੀ? ਮੁਗਲ ਗੈਲਰੀ। ਅੱਛਾ ਮੁਗਲ ਗੈਲਰੀ ਆ, ਤਾਂ ਉੱਧਰ ਤਾਂ ਬੂਵੇ ਭੇਟੇ ਹੋਏ ਨੇ ਬਈ। ਪਿੰਡ ਹੈਗਾ ਆਪਣਾ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ, ਐਂ ਜੀ ਚਲੋ ਬਈ, ਉੱਧਰ ਤਾਂ ਰਾਹ ਹੀ ਬੰਦ ਲੱਗਦਾ ਮੈਨੂੰ। ਮੈਨੂੰ ਲੱਗਦਾ ਆਪਾਂ ਨੂੰ ਇੱਧਰ ਹੀ ਜਾਣਾ ਪੈਣਾ ਬਈ, ਐਂ ਦੀ ਹੋ ਗਿਆ ਆ। ਹਮੀਆ ਬਈ ਪਿੱਛੇ ਰਹਿ ਗਏ, ਆਇਓ ਅੱਗੇ ਅੱਗੇ, ਗਰਮੀ ਬੜੀ ਜ਼ਿਆਦਾ ਆ, ਆਇਓ ਆਇਓ। ਇੱਕ ਤਾਂ ਸਾਹ ਜੀ ਸਵੇਰ ਦੇ, ਇੱਕ ਤਾਂ ਸਵੇਰੇ ਇਹਨਾਂ ਨੂੰ ਕੋਈ 4-5 ਘੰਟੇ ਜਲੀਲ ਕਰਵਾਇਆ, ਇੰਤਜ਼ਾਰ ਕਰਵਾਇਆ, ਤੇ ਹੁਣ ਜਵਾਨ ਕੋ ਤੁਰਿਆ ਨਹੀਂ ਜਾ ਰਿਹਾ ਹੈਗਾ। ਪੁੱਛ ਰਿਹਾ ਮੈਂ ਕਿ ਤੁਸੀਂ ਜਦੋਂ ਉੱਥੇ ਸੀਗੇ ਤੁਸੀਂ ਕਹਿੰਦੇ ਸੀ ਤੁਹਾਡੇ ਨਾਲੋਂ ਜ਼ਿਆਦਾ ਗਰਮੀ ਪਾਕਿਸਤਾਨ ਸਾਡੇ ਇੰਡੀਆ 'ਚ, ਬਾਕੀ ਹੁਣ ਜਦੋਂ ਤੁਸੀਂ ਇੱਥੇ ਆਏ ਤੁਸੀਂ ਕਹਿੰਦੇ ਗਰਮੀ ਜ਼ਿਆਦਾ ਇੱਥੇ? ਨਹੀਂ ਇੱਥੇ ਇੱਥੇ ਬਾਕੀ ਗਰਮੀ ਜ਼ਿਆਦਾ ਹੈਗੀ ਕਿਉਂਕਿ ਸਾਡੇ ਉੱਥੇ ਬੂਟੇ ਛੂਟੇ ਬਾੜੇ ਲੱਗੇ ਹੋਏ ਨੇ, ਮਤਲਬ ਕਿ ਪਾਰਕ ਸ਼ੁਰਕ ਬਣੇ ਹੋਏ ਨੇ ਸਾਡੇ ਉੱਧਰਲੇ ਪਾਸੇ, ਮਤਲਬ ਕਿ ਵਧੀਆ ਚੀਜ਼ਾਂ ਬਣੀਆਂ ਹੋਈਆਂ ਨੇ। ਅਸੀਂ ਇੱਧਰ ਤੁਹਾਡੀ ਹਕੂਮਤ ਕਿਆ ਕਰਦੀ ਪਈ ਬਈ, ਆ ਸਾਰਾ ਕੁਝ ਤਾਂ ਵੱਢੀ ਜਾ ਰਹੀ ਆ, ਨਾ ਕਿ ਬੂਟਾ ਛੱਡਿਆ ਇਹਨਾਂ ਨੇ। ਸਹੀ ਗੱਲ ਆ ਬਈ, ਪਾਕਿਸਤਾਨੀ ਕੌਮ ਹੈ ਨਾ, ਸੌਰੀ ਤੁਹਾਡੇ ਨਹੀਂ, ਬਾਕੀ ਕਹਿਣਾ ਤਾਂ ਨਹੀਂ ਚਾਹੀਦਾ, ਲੇਕਿਨ ਇਹ ਵੀ ਤੁਹਾਡੇ ਇੱਧਰ ਬਾਹਰੇ ਚੋਰ ਹੈਗੇ ਨੇ, ਭਾਵੇਂ ਕੋਈ ਨਿੱਕੇ ਥੱਲੜੇ ਲੈਵਲ ਦਾ ਭਾਵੇਂ ਉੱਤਲੇ ਲੈਵਲ ਦਾ, ਸਾਰੇ ਵਜ਼ੀਰ ਕਿ ਸਫੀਰ ਜਿਹੜੇ ਨੇ ਇੱਕੋ ਜਿਹੇ ਨੇ, ਬੂਟੇ ਛੂਟੇ ਵੱਢ ਕੇ ਘਰ ਦੇ ਫਰਨੀਚਰ ਬਣਾਈ ਜਾਂਦੇ ਨੇ ਇਹ ਲੋਕ, ਪਾਕਿਸਤਾਨੀ ਕੌਮ ਨਹੀਂ। ਮੈਂ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੀ ਇੱਧਰ ਦੇ ਜਿੰਨੇ ਵੀ ਅਮਲੇ ਨਾ ਜਿਹੜਾ ਸਰਕਾਰੀ ਜਿੰਨੇ ਵੀ ਸਾਰੇ, ਕੋਈ ਇੱਕ ਅੱਧਾ ਬੰਦਾ ਨਹੀਂ, ਪਖਵਾ ਤੁਹਾਡੀ ਆਰਮੀ ਹੈਗੀ ਆ ਜਾਂ ਕੋਈ ਹੋਰ ਕੋਈ ਵੀ ਬੰਦਾ ਵਾ, ਬਲਦੀਆਂ ਦੇ ਲਾ ਲਓ ਯਾਰ, ਤੁਹਾਡੇ ਨਹਿਰਾਂ ਦੇ ਵਿੱਚ ਕਿਆ ਕਰਦੇ ਆ? ਗੱਲ ਸੁਣੋ ਤੁਸੀਂ ਇੱਦਾਂ ਦੀਆਂ ਗੱਲਾਂ ਨਹੀਂ, ਮੈਂ ਤਾਂ ਤੁਹਾਨੂੰ ਦੇਖੋ ਬਾਈ ਸੱਚ ਦੱਸ ਰਿਹਾ ਹੈਗਾ, ਹੁਣ ਜੋ ਵੀ ਆ ਮੁਗਲ ਗੈਲਰੀ ਹੈ ਜਿਹੜੀ। ਅੱਛਾ ਇੱਧਰ ਆ ਬਈ, ਆਹ ਕੀ ਲਿਖਿਆ ਹੋਇਆ ਇੱਧਰ, ਆਓ ਇੱਧਰ, ਇਹ ਕੀ ਲਿਖਿਆ ਹੋਇਆ? ਇੱਕ ਨਵਾਬ, ਨਵਾਬ ਸਾਹਿਬ ਬੈਠੇ ਹੋਏ। ਅੱਛਾ ਨਵਾਬ ਸਾਹਿਬ ਬੈਠੇ ਹੋਏ ਨੇ। ਅੱਛਾ ਮਤਲਬ ਕਿ ਹੁਣ ਗੂੰਗੇ ਵਾਲਾ ਹਿਸਾਬ ਹੋ ਗਿਆ ਫਿਰ ਤਾਂ ਮੇਰੇ ਇੱਧਰ ਆ ਗਏ ਸਰ, ਇੰਗਲਿਸ਼ ਵਿੱਚ ਵੀ ਲਿਖਿਆ ਨਹੀਂ। ਮੈਂ ਉਤਲੀ ਦੁਕਾਨ ਤੋਂ ਪੁੱਛ, ਮੈਂ ਕਿ ਸ਼ਾਇਦ ਉਹ ਕੁਛ ਹੋਰ ਲਿਖਿਆ ਹੋਵੇ, ਮੈਂ ਇਸ ਲਈ ਪੁੱਛਿਆ ਤੁਹਾਨੂੰ। ਅੱਛਾ ਇਹ ਜਿੰਨੀ ਵੀ ਪੇਂਟਿੰਗਸ ਨੇ ਇਸ ਟਾਈਮ ਸਾਰੀਆਂ ਹੈਂਡਮੇਡ ਆ ਜਾਂ ਬਾਅਦ 'ਚੋਂ ਬਣੀਆਂ ਹੋਈਆਂ ਨੇ? ਬਾਕੀ ਬਹੁਤ ਬਿਹਤਰੀਨ ਆ, ਬਾਅਦ 'ਚ ਬਣੀ ਪਹਿਲੇ ਦੀਆਂ ਨੇ? ਪਹਿਲੇ ਦੀਆਂ। ਅੱਛਾ 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 ਪਹਿਲੇ ਦੀ ਆ, ਪਹਿਲੇ ਦੀ। ਸਾਰਾ ਜਿੰਨਾ ਵੀ ਬਣਿਆ ਹੋਇਆ ਮਾਡਲ ਸਾਰਾ ਹੀ ਹਾਥੀ ਦੇ ਦੰਦਾਂ ਨਾਲ ਬਣਿਆ ਹੋਇਆ। The model was given to ਅੱਗੇ ਤੁਸੀਂ ਰਿਕਾਰਡ ਕਰ। ਹਾਂਜੀ ਉਹ ਤਾਂ ਠੀਕ ਹੈ। ਅੱਛਾ ਹਮਜ਼ਾ ਬਾਈ ਵੈਸੇ ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਆ ਕੇ, ਮੈਨੂੰ ਚੈੱਕ ਕਰੋ, ਬਹੁਤ ਹੀ ਵਧੀਆ ਚੀਜ਼ਾਂ ਨੇ ਇੱਥੇ ਦੇਖਣ ਨੂੰ। ਪਰ ਇੱਥੇ ਹੱਬਸ ਬਾੜੀ ਜ਼ਿਆਦਾ ਹੋ ਗਈ ਕਿਉਂਕਿ ਬੰਦੇ ਵਿੱਚ ਆਵਾਮ ਜ਼ਿਆਦਾ ਹੋ ਗਈ ਹੈ ਨਾ। ਅੱਛਾ ਜੀ, ਆਪ ਲੋਕੋਂ ਕੋ ਅੰਦਾਜ਼ਾ ਹੋ ਗਿਆ ਹੋਗਾ ਕਿ ਜਾਨੀ ਬਾਈ ਇੰਡੀਆ ਸੇ ਹੈ ਔਰ ਅੰਮ੍ਰਿਤਸਰ ਸੇ ਹੈ ਜੀ ਇੰਡੀਆ, ਔਰ ਹਮਾਰੇ ਚੀਫ ਗੈਸਟ ਹੈ।
तो इनको यहाँ पे हमने विज़िट करवाया और माशाल्लाह बहुत ही खुश थे, बहुत ही तारीफ़ें भी कर रहे थे बहुत अच्छे अंदाज से। तो अब नेक्स्ट वीडियो में जो ये अपने रिव्यूज देंगे वो सारा कुछ नेक्स्ट वीडियो में आप लोगों को बताएंगे। सो लाजमी सब्सक्राइब कर लें और पूरी वीडियो एंड तक देखिएगा। ਨਹੀਂ ਤੁਹਾਡਾ ਯਾਰ ਦੇਖੋ ਉੱਧਰ ਅਸੀਂ ਤੁਹਾਨੂੰ ਇਨਵਾਈਟ ਕਰਨਾ, ਉੱਧਰ ਦਾ ਕੋਈ ਮਸਲਾ ਨਹੀਂ ਹੈਗਾ। ਜੋ ਉੱਧਰ ਤੁਹਾਨੂੰ ਕਿਸੇ ਨੇ ਬੁਲਾ ਰਿਹਾ ਨਾ, ਕੋਈ ਬੰਦਾ ਉੱਧਰ ਬੈਠਾ ਹੋਇਆ, ਫਿਰ ਤੁਹਾਡੇ ਲਈ ਔਖਾ ਨਹੀਂ ਹੈਗਾ। ਅੱਛਾ ਇਹ ਕਿਆ ਚੀਜ਼ ਆ, ਇਹ ਦੱਸੋ ਮਾੜਾ ਇਹਨਾਂ ਦੇ ਬਾਰੇ। तमाम मेरे देखने वाले भाइयों को मैं रिक्वेस्ट करता हूँ कि प्लीज़ सब्सक्राइब कर लीजिए और लाइक भी कर दीजिएगा और अपने कोई कीमती रिव्यूज़ जो हैं वो भी लाजमी शेयर करिएगा। ਮਤਲਬ ਕਿ ਉਸ ਟਾਈਮ ਦੀ ਆ ਜਿਹੜੀ ਥੋੜੀ ਹੈਗੀ ਸੀ ਸਰ ਕੀਤਾ ਬਾਈ, ਜਿਹੜੇ ਸ਼ੌਪਸ ਆ ਨਾ ਉੱਥੇ ਕਾਫੀ ਸਿੱਕੇ ਮਿਲ ਰਹੇ ਆ। ਅੱਛਾ 15,000 14,000 ਸੇਮ ਆਹੀ। ਹਾਂਜੀ ਇੱਥੇ ਤਾਂ ਹੈ ਹੀ ਨਹੀਂ ਆ, ਦੇਖੋ ਇੱਧਰ ਪੱਟੇ ਹੋਏ ਨੇ ਉਹਨਾਂ ਲੋਕਾਂ ਨੇ। ਨਿਆਣੇ ਤਾਂ ਤੁਹਾਡੇ ਇੱਥੇ ਦੇ ਕਹਿ ਰਹੇ ਵੀ ਇਹ ਸਟੋਨ ਹੈਗੇ ਨੇ। ਅੱਛਾ ਹਮਜ਼ਾ ਬਾਈ ਤੁਸੀਂ ਐਂ ਕਰੋ, ਕਹਿ ਦੇਣਾ ਸਾਡੇ ਵਾਲਾ ਉੱਧਰ ਦੇ ਚੱਕਰ ਬਣਾਓ ਅਤੇ ਆਪਾਂ ਦੁਨੀਆ ਟ੍ਰੇਡਿੰਗ ਟੂਰਿਜ਼ਮ ਦੇ ਉੱਪਰ ਵੀਡੀਓ ਕਰਨੀ ਹੈ ਇੱਕ, ਅਤੇ ਆਪਾਂ ਉਹਦੇ ਵਿੱਚ ਕੋਈ ਚੀਜ਼ ਨਹੀਂ ਛੱਡਣੀ ਹੈਗੀ। ਅਸਲ ਵਿੱਚ ਨਾ ਮਸਲਾ ਇਹ ਹੈ ਕਿ ਵੀਜ਼ਾ ਨਹੀਂ ਮਿਲਦਾ, ਮੈਂ ਕਈ ਵਾਰੀ ਟਰਾਈ ਕਰ। ਵੀਜ਼ਾ ਬਾਈ ਗੜ ਦਾ ਸੁਣੋ, ਤੁਸੀਂ ਐਂ ਕਰੋ ਨਾ ਹੁਸ਼ਿਆਰਪੁਰ ਜਿਹੜਾ ਤੁਹਾਡਾ ਵਾ, ਨਹੀਂ ਅੰਮ੍ਰਿਤਸਰ ਆ ਸਾਡਾ, ਅੰਮ੍ਰਿਤਸਰ ਅੰਮ੍ਰਿਤਸਰ ਹਾਂਜੀ ਹੁਸ਼ਿਆਰ ਜ਼ਿਲ੍ਹਾ, ਜ਼ਿਲ੍ਹੇ ਅੰਮ੍ਰਿਤਸਰ ਆ ਨਾ, ਸਭ ਤੋਂ ਵੱਡਾ ਜ਼ਿਲ੍ਹਾ ਸਾਡਾ ਹੀ ਹੈਗਾ ਉੱਧਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਆ, ਹੁਸ਼ਿਆਰਪੁਰ ਤਾਂ ਹੈਗਾ। ਕਿਆ ਬਾਤ ਹੈ, ਹਮਾਰੇ ਚੀਫ ਗੈਸਟ ਜਾਨੀ ਭਾਈ ਥੱਕ ਗਏ ਨੇ ਭਰਾਵਾ, ਹੁਣ ਐਡਮਿਨ ਐਡਮਿਨ ਤੇ ਜਾਨੀ ਭਾਈ ਟਾਸਕ ਸਹੀ ਦੋਹੇ ਦੋਹੇ ਜਲੀਲ ਹੋ ਰਹੇ ਨੇ, ਤਸਵੀਰ ਦੇ ਹੋ ਰਹੇ ਨੇ, ਰੱਜ ਗਏ ਹੋ ਰਹੇ ਨੇ, ਅੰਨੇ ਵਾਹ ਹੋ ਰਹੇ ਨੇ ਜਲੀਲ। ਪਰ ਇਹ ਵੀ ਮਜ਼ਾ ਵੀ ਆ ਰਿਹਾ ਸਾਨੂੰ, ਲੇਕਿਨ ਇਹ ਨਹੀਂ ਹੈਗਾ ਵੀ ਮਜ਼ਾ ਨਹੀਂ ਆ ਰਿਹਾ ਹੈਗਾ। ਉਮੀਦ ਕਰਦਾ ਤੁਹਾਨੂੰ ਵੀ ਸਾਡੀਆਂ ਵੀਡੀਓ ਸਾਰੀਆਂ ਵੇਖ ਕੇ ਮਜ਼ਾ ਆਊਗਾ, ਤੁਹਾਨੂੰ ਸਵਾਦ ਆਏਗਾ, ਅਤੇ ਤੁਸੀਂ ਖੁਦ ਕਹੋਗੇ ਅਗਰ ਇੱਕ ਮਿੰਟ ਕਰਕੇ ਯਾਰ ਅਗਲੀ ਵੀਡੀਓ ਹੋਰ ਪਾਓ ਹੋ ਜਾਵੇ। ਹਾਂ ਬਿਲਕੁਲ ਬਿਲਕੁਲ ਇੱਧਰ ਨੂੰ ਜਾਣਾ ਬਈ, ਆਪਾਂ ਇੱਧਰ ਨੂੰ ਜਾਣਾ, ਆਪਾਂ ਹਲੇ ਵੀਡੀਓ ਇੱਥੇ ਸਟੋਪ ਨਹੀਂ ਕਰਨੀ, ਆਪਾਂ ਹਲੇ ਅੱਗੇ ਜਾ ਕੇ ਹੋਰ ਛੋੜ ਲੈਣਾ ਵਾ, ਅੱਗੇ ਨਹੀਂ ਜਾਣਾ। ਓਕੇ ਓਕੇ ਸ਼ੋਰ। ਹੁਣ ਮੈਂ ਦੇਖੋ ਮੈਂ ਤੁਹਾਨੂੰ ਤੁਹਾਡੇ ਕੋਲ ਹੀ ਪੁੱਛ ਰਿਹਾ ਹੈਗਾ ਕਿ ਬਈ ਮੈਨੂੰ ਸਮਝਾਓ, ਬਾਕੀ ਇਹ ਆ ਕਿ ਹਾਂ ਇਹ ਵਧੀਆ ਲੱਗ ਰਿਹਾ ਮੈਨੂੰ ਇੱਥੇ ਤੁਹਾਡੇ ਕੋਲ ਆ ਕੇ, ਤੁਹਾਡਾ ਬੜਾ ਪਿਆਰ ਮਿਲ ਰਿਹਾ ਹੈਗਾ ਮੈਨੂੰ, ਇਹ ਤਾਂ ਤੁਹਾਡੀ ਪਈ ਬੜੀ ਮਿਹਰਬਾਨੀ ਹੈ ਜੀ ਕਿ ਸਾਨੂੰ ਇੰਨਾ ਪਿਆਰ ਦੇ ਰਹੇ, ਇੰਨੀ ਰਿਸਪੈਕਟ ਦੇ ਰਹੇ, ਇਕੱਲਾ ਤੁਸੀਂ ਨਹੀਂ ਦੇ ਰਹੇ ਹੈਗੇ, ਇੱਥੇ ਮੈਂ ਜਿਹਨੂੰ ਵੀ ਮਿਲਿਆ ਬੜੀ ਇੱਜ਼ਤ ਮਿਲੀ ਮੈਨੂੰ ਵੀਰੇ ਉਹਦੇ ਕੋਲੋਂ। ਉਸ ਤੋਂ ਬਾਅਦ ਜਿਵੇਂ ਹੁਣ ਇੱਕ ਭਾਈ ਸੀਗਾ ਸਾਨੂੰ ਨਾਲ ਨਾਲ, ਸਾਨੂੰ ਹਰ ਸ਼ਹਿਰ ਦੱਸ ਰਿਹਾ ਸੀਗਾ ਚੀਜ਼ਾਂ ਦੇ ਬਾਰੇ ਦੇ ਵਿੱਚ, ਫਿਰ ਬਾਅਦ ਉਹਨੂੰ ਕੋਲੋਂ ਅਸੀਂ ਪੁੱਛਿਆ ਹੀਰ ਮਨਾਰ ਦਾ, ਉਹ ਵੀ ਸਾਨੂੰ ਉਹਨੇ ਸਮਝਾਇਆ ਕਿ ਉੱਧਰਲੇ ਪਾਸੇ ਹੈਗਾ ਵਾ। ਹਾਂ ਅੱਛਾ ਆਹ ਲਾਈਟਾਂ ਇੱਥੇ ਕਦੋਂ ਲਾਈਆਂ ਤੁਸੀਂ, ਆਈਡੀਆ ਲੱਗੀਆਂ ਹੋਈਆਂ ਦੇਖੋ ਨਾ ਜਿਸ ਤਰ੍ਹਾਂ ਲੱਗੀਆਂ ਹੋਈਆਂ ਯਾਰ। ਇਹ ਦੇਖੋ ਨਾ ਰਾਤ ਨੂੰ ਫੰਕਸ਼ਨ ਹੁੰਦੇ ਆ ਕੋਈ। ਅੱਛਾ ਇਵੈਂਟ ਵਗੈਰਾ ਵੀ ਹੁੰਦੇ ਰਾਤ ਨੂੰ ਇੱਥੇ? ਹਾਂ ਠੀਕ ਆ, ਪ੍ਰੋਪਰ ਸ਼ੀਸ਼ੇ ਦਾ ਬਣਿਆ ਹੋਇਆ ਦੇਖੋ, ਚੈੱਕ ਕਰੋ ਯਾਰ, ਬਾਕੀ ਆ ਤਾਂ ਬੜਾ ਵਧੀਆ ਲੱਗ ਰਿਹਾ ਯਾਰ ਦੇਖੋ ਨਾ, ਇਹ ਉਸ ਵੇਲੇ ਦਾ ਸ਼ੀਸ਼ਾ ਲੱਗਿਆ ਹੋਇਆ ਕਿ ਬਾਅਦ ਤੋਂ ਲੱਗਿਆ ਸ਼ੀਸ਼ਾ? ਉਸ ਵੇਲੇ ਤਾਂ ਨਹੀਂ, ਬਾਅਦ ਦਾ, ਬਾਅਦ ਤੋਂ ਲੱਗਿਆ ਹੋਇਆ। ਤੁਹਾਨੂੰ ਕੀ ਲੱਗਦਾ ਕੋਈ ਛੱਡਣਾ ਸੀਗਾ? ਬਾਕੀ ਕਰਨਾ ਤਾਂ ਨਹੀਂ ਲੱਗਦੀ ਮੈਨੂੰ, ਨਹੀਂ ਬਾਅਦ ਚ, ਇਹ ਵੀ ਬਾਅਦ ਹੀ ਲੱਗੀ ਹੈ, ਬਾਅਦ ਦੇ ਵਿੱਚ ਛੱਡਿਆ ਗਿਆ ਇੱਥੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਜਿਹੜਾ ਤੁਸੀਂ ਹੁਣ ਕਹੋ ਨਾ ਕਿ ਹਾਂਜੀ ਇਹ ਚੀਜ਼ ਕੋਈ ਨਾ, ਹਰ ਚੀਜ਼ ਪਾ ਕੇ ਤੁਸੀਂ ਅਗਰ ਇੱਥੇ ਕਿਸੇ ਨੂੰ ਹੁਣ ਸਿਕਿਉਰਿਟੀ ਨਾ ਹੋਵੇ ਨਾ ਤਾਂ ਇੱਥੇ ਵੀ ਨਾਮ ਸ਼ਾਮ ਲਿਖੇ ਹੋਣ ਆਸ਼ਕਾਂ ਨੇ। ਇਹ ਤੁਹਾਡੇ ਇੱਕ ਤਾਂ ਭੂਤ ਬੜੇ ਜ਼ਿਆਦਾ ਸੜੇ ਇੱਥੇ,
तो फिर जी आप नेक्स्ट वीडियो हमारी लाजमी देखिएगा, उसके अंदर सारी डिटेल्स यहाँ पे भाई कहाँ से हैं किधर से हैं कुछ अंदाज़ा हो गया होगा। अब नेक्स्ट वीडियो में आप लाजमी देखिएगा, उसके अंदर सारी डिटेल शेयर करेंगे और इनका रिव्यू। इंडिया से जो भाई हमारे हैं साथ जानी भाई, तो इनके रिव्यूज़ भी आप जानेंगे। थैंक यू।